ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮ ਪਵਾਰ, ਤੁਸੀਂ ਦੇਖ ਰਹੇ ਹੋ ਨਕੋਦਰ ਨਿਊਜ਼ ਰਿਪੋਰਟ, ਹਰ ਖਬਰ ਦਾ ਅਸਰ। ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਸਕੂਲ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਆਓ ਦਿਖਾਉਂਦੇ ਹਾਂ ਉਸ ਦੀਆਂ ਤਸਵੀਰਾਂ। ਹਾਂਜੀ, ਸਾਡੇ ਨਾਲ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਪ੍ਰੋਗਰਾਮ ਸੀ ਤੁਹਾਡਾ, ਸੈਮੀਨਾਰ ਕਾਹਦਾ ਸੀਗਾ? ਇਹ ਜੀ, ਹਰ ਸਾਲ ਦੀ ਤਰ੍ਹਾਂ ਸੜਕ ਸੁਰੱਖਿਆ ਦੇ ਸੰਬੰਧ ਵਿੱਚ ਜਨਵਰੀ ਦੇ ਵਿੱਚ ਇੱਕ ਵੀਕ ਅਸੀਂ ਮਨਾਉਂਦੇ ਹਾਂ ਜੀ। ਇਹ ਬਲਾਤਰ ਅਫਸਰਾਂ ਵੱਲੋਂ ਚੰਡੀਗੜ੍ਹ ਤੋਂ ਹੁਕਮ ਆਉਂਦੇ ਆ ਜੀ, ਅਤੇ ਇਹ ਸਾਡੇ SSP ਸਾਹਿਬ ਸਰਦਾਰ ਨਵਜੋਤ ਸਿੰਘ ਮਾਹਲ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰਾ ਪ੍ਰੋਗਰਾਮ ਚੱਲਦਾ ਜੀ। ਅਤੇ ਅੱਜ 11 ਤਰੀਕ ਤੋਂ ਸ਼ੁਰੂ ਹੋਇਆ ਜੀ, ਅਤੇ 17 ਤੱਕ ਚੱਲਣਾ ਜੀ, ਅਤੇ ਉਸ ਤੋਂ ਬਾਅਦ ਮੁੜ ਕੇ ਇਹਦੀ ਰਿਪੋਰਟ ਅਸੀਂ ਸੀਨੀਅਰ ਅਫਸਰਾਂ ਨੂੰ ਦੇਣੀ ਹੈ ਜੀ। ਇਹਦੇ ਸੰਬੰਧ ਵਿੱਚ ਹਰ ਸਕੂਲ ਵਿੱਚ ਜਾ ਕੇ, ਵੱਧ ਤੋਂ ਵੱਧ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਸੰਬੰਧ ਵਿੱਚ ਸਾਰਾ ਕੁਛ ਦੱਸਿਆ ਜਾਂਦਾ ਜੀ, ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀ, ਅਤੇ ਆਪਣੀ ਜ਼ਿੰਦਗੀ ਜਿਹੜੀ ਆ ਸਫਲ ਤਰੀਕੇ ਨਾਲ ਆਪਣੀ ਜੀਵਨ ਇਸ ਸੰਬੰਧ 'ਚ ਸਾਰੇ ਵਿਚਾਰ ਦੱਸੇ ਜਾਂਦੇ ਆ। ਤੁਸੀਂ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਗ੍ਹਾ? ਇਹ ਜੀ, ਕਾਲਜਾਂ ਵਿੱਚ ਵੀ, ਯੂਨੀਵਰਸਿਟੀਆਂ ਵਿੱਚ ਵੀ, ਅਤੇ ਇਹ ਜਿਹੜੇ ਟਰੱਕ ਯੂਨੀਅਨ, ਟੈਕਸੀ ਯੂਨੀਅਨ, ਇਹ ਸਾਰਿਆਂ ਨੂੰ ਅਵੇਅਰ ਕੀਤਾ ਜਾਂਦਾ ਜੀ। ਤੁਸੀਂ ਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਦੇ 'ਚ ਸਾਡੇ ਚੈਨਲ ਲਈ? ਇਹ ਜੀ, ਵੱਧ ਤੋਂ ਵੱਧ ਮਤਲਬ ਜਿਹੜੇ ਟਰੈਫਿਕ ਨਿਯਮਾਂ ਨੂੰ ਜਿਹੜਾ ਅਪਣਾਉਣ, ਅਤੇ ਆਪਣੀ ਜਿਹੜੀ ਜੀਵਨ ਜਿਹੜਾ ਅੱਛੀ ਤਰ੍ਹਾਂ ਜੀਉਣ। ਹਾਂਜੀ, ਧੰਨਵਾਦ ਜੀ। ਇੱਕ ਉਹ ਸਾਡੇ ਨਾਲ ਨੇ ਸਤਨਾਮ ਸਿੰਘ ਜੀ, ਉਹ ਦੱਸੋ, ਉਹਨਾਂ ਨੂੰ ਪੁੱਛਾਂਗੇ ਟਰੈਫਿਕ ਬਾਰੇ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਦੱਸੋ ਕਿ ਜਿਹੜਾ ਸੈਮੀਨਾਰ ਕੀਤਾ ਗਿਆ, ਇਹਦੇ 'ਚ ਕੀ ਰੂਲ ਸਮਝਾਇਆ ਗਿਆ, ਲੋਕ ਦੱਸਿਆ ਗਿਆ, ਬੱਚਿਆਂ ਨੂੰ ਕੀ ਅਵੇਅਰਨੈਸ ਕੀਤਾ ਗਿਆ? ਸਰ, ਇਹਦੇ ਵਿੱਚ ਤਾਂ ਬੱਚਿਆਂ ਨੂੰ ਇਹ ਗਾਈਡ ਕਰਾਂਗੇ ਕਿ ਆਪਣਾ 3 ਮਹੀਨੇ ਬਾਅਦ ਅੱਖਾਂ ਦਾ ਟੈਸਟ ਜ਼ਰੂਰ ਕਰਾਉਣ, ਹੁਣ ਬਿਨਾਂ ਲਾਇਸੈਂਸ ਤੋਂ ਕੋਈ ਵੀ ਵਾਹਨ ਨਾ ਚਲਾਉਣ, ਉਹ ਜਦੋਂ ਵੀ ਕੋਈ ਵਾਹਨ ਚਲਾਉਣਾ ਜਿਵੇਂ ਸਕੂਟਰ ਮੋਟਰਸਾਈਕਲ ਚਲਾਉਣਾ, ਉਦੋਂ ਹੈਲਮਟ ਪਾ ਕੇ ਰੱਖਣ। ਜਦੋਂ 4-wheeler ਗੱਡੀ ਚਲਾਉਣੀ ਹੈ, ਚਾਹੇ ਉਹ ਕਾਰ ਹੈ ਚਾਹੇ ਵੱਡੀ ਬੱਸ ਹੋ ਸਕਦੀ ਹੈ, ਸੀਟ ਬੈਲਟ ਜ਼ਰੂਰ ਲਗਾਉਣ ਔਰ ਰੂਲ ਨੂੰ ਫਾਲੋ ਕਰਨ। ਰੋਡ ਸੇਫਟੀ ਦੇ ਜੋ ਵੀ ਨਿਯਮ ਬਣਦੇ ਨੇ ਉਹਦੇ ਤਹਿਤ ਹੀ ਡਰਾਈਵਿੰਗ ਕਰਨ, ਉਹ ਸਪੀਡ ਲਿਮਿਟ ਵਿੱਚ ਨਾ ਚਲਾਉਣ, ਫੋਨ ਦੀ ਯੂਜ ਘੱਟ, ਜਿਹੜੇ ਫੋਨ ਬਿਲਕੁਲ ਨਾ ਚਲਾਉਣ। ਉਹ ਕੋਈ ਜ਼ਰੂਰੀ ਆ ਤਾਂ ਉਹਨੂੰ ਗੱਡੀ ਸਾਈਡ 'ਤੇ ਲਾ ਕੇ ਫੋਨ ਸੁਣਿਆ ਜਾ ਸਕਦਾ, ਔਰ ਜੇ ਜ਼ਿਆਦਾ ਨਹੀਂ ਹੈ ਜਿੱਥੇ ਆਪਾਂ ਘਰ ਜਾ ਕੇ ਬੈਕ ਕਾਲ ਕਰ ਸਕਦੇ ਹਾਂ। ਇਸ ਕਰਕੇ ਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨ, ਉਸ ਤੋਂ ਬਚਾਉਣ, ਓਵਰ ਸਪੀਡ ਗੱਡੀ ਨਾ ਚਲਾਉਣ। ਮੈਂ ਇਹੀ ਸੰਦੇਸ਼ ਦਊਂਗਾ ਕਿ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ, ਇਹ ਬੜੇ ਜਨਮਾਂ ਤੋਂ ਬਾਅਦ ਜ਼ਿੰਦਗੀ ਇਨਸਾਨੀ ਜਾਮਾ ਮਿਲਿਆ ਹੋਇਆ, ਇਹਨੂੰ ਚੰਗੀ ਤਰ੍ਹਾਂ ਹੰਡਾਉਣ ਔਰ ਇਹਦਾ ਆਨੰਦ ਮਾਣਨ ਜਵਾਨੀ ਦਾ। ਇਹ ਸਿਰਫ ਡਰਾਈਵਿੰਗ ਦੇ ਵਿੱਚ ਤੇਜ਼ ਰਫਤਾਰੀ ਦੇ ਕਰਕੇ ਆਪਣੀ ਜਾਨ ਨਾ ਗਵਾਉਣ। ਇਸ ਕਰਕੇ ਮੈਂ ਇਹੀ ਸੰਦੇਸ਼ ਦਿੰਦਾ ਕਿ ਨੌਜਵਾਨ ਜਿੰਨੇ ਵੀ ਆ, ਆਪਣਾ, ਆਪਣੇ ਮਾਂ ਬਾਪ ਦਾ, ਆਪਣੇ ਟੀਚਰ ਸਾਹਿਬਾਨ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਔਰ ਸਮੇਂ ਦੀ ਕਦਰ ਕਰਨ। ਧੰਨਵਾਦ ਜੀ। ਗੁਰਦੇਵ ਸਿੰਘ ਜੀ, ਉਹਨਾਂ ਤੋਂ ਜਾਣ ਕਰਵਾਂਗੇ। ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਾਨੂੰ ਦੱਸੋ ਕਿ ਤੁਸੀਂ ਜਿਹੜਾ ਇਹ ਪ੍ਰੋਗਰਾਮ ਚਲਾ ਰਹੇ ਹੋ, ਸੈਮੀਨਾਰ ਕਰ ਰਹੇ ਹੋ, ਕੱਲ੍ਹ ਵੀ ਤੁਸੀਂ ਟ੍ਰੈਫਿਕ ਨਿਯਮਾਂ ਦੇ ਕਾਫੀ ਲੋਕਾਂ ਨੂੰ ਸਮਝਾਇਆ, ਅਤੇ ਇਹਦੇ ਬਾਰੇ ਤੁਸੀਂ ਕੀ ਦੱਸ ਕਰਨਾ ਚਾਹੋਗੇ? ਵੇਖੋ ਜੀ, ਸਾਡਾ ਇਹੀ ਮਾਣਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦਾ ਸੰਦੇਸ਼ ਜਾਏਗਾ ਕਿ ਪਬਲਿਕ ਜਿਹੜੀ ਆ ਜਾਂ ਨੌਜਵਾਨ ਆ ਸਾਡੇ, ਉਹ ਟ੍ਰੈਫਿਕ ਦੇ ਨਿਯਮਾਂ ਨੂੰ ਅਪਣਾਉਣ ਅਤੇ ਆਪਣੇ ਜੀਵਨ ਦੀ ਰੱਖਿਆ ਆਪ ਖੁਦ ਕਰਨ ਅਤੇ ਬਾਕੀ ਪਬਲਿਕ ਦੀ ਵੀ ਰੱਖਿਆ ਇਹਨਾਂ ਦੇ ਨਿਯਮਾਂ ਦੇ ਅਪਣਾਉਣ ਦੇ ਨਾਲ ਹੀ ਹੋਏਗੀ। ਜੇਕਰ ਇਹ ਅਸੂਲਾਂ 'ਤੇ ਚੱਲਣਗੇ ਤਾਂ ਸਾਰੀ ਜਿਹੜੀ ਆਪਣੀ ਜ਼ਿੰਦਗੀ ਦਾ ਵਧੀਆ ਤਰੀਕੇ ਨਾਲ ਆਨੰਦ ਮਾਣਨਗੇ ਜੀ। ਕੀ ਕਹਿਣਾ ਚਾਹੋਗੇ ਬੱਚਿਆਂ ਨੂੰ, ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨੌਜਵਾਨਾਂ ਨੂੰ ਇਹੀ ਮੈਸੇਜ ਦਿਆਂਗੇ ਵੀ ਆਪਣਾ ਜ਼ਿੰਦਗੀ ਦਾ ਆਨੰਦ ਮਾਣਨਾ ਅਤੇ ਟ੍ਰੈਫਿਕ ਨਿਯਮਾਂ 'ਤੇ ਪੂਰਾ ਪਹਿਰਾ ਦੇਣ, ਉਹਨਾਂ ਨੂੰ ਗ੍ਰਹਿਣ ਕਰਨ ਅਤੇ ਟ੍ਰੈਫਿਕ ਨਿਯਮਾਂ ਨੂੰ ਗ੍ਰਹਿਣ ਕਰਕੇ ਰੋਡ 'ਤੇ ਸਹੀ ਤਰੀਕੇ ਨਾਲ ਚੱਲਣ ਤਾਂ ਕਿ ਆਪ ਵੀ ਸੁਖੀ ਰਹਿਣ ਅਤੇ ਪਬਲਿਕ ਵੀ ਸੁਖੀ ਰਹੇ। ਕੀ ਤੁਸੀਂ ਜੇ ਇਹ ਤੁਹਾਡੇ ਨਿਯਮ, ਜਿਹੜੇ ਨਿਯਮ ਨੇ ਟ੍ਰੈਫਿਕ ਨਿਯਮ ਨਹੀਂ ਮੰਨਦੇ ਜਨਤਾ, ਤਾਂ ਉਹਦੇ 'ਚ ਤੁਸੀਂ ਫਿਰ ਸਖਤ ਕਾਰਵਾਈ ਕਰੋਗੇ? ਵੇਖੋ ਜੀ, ਬੱਚਿਆਂ ਨੂੰ ਤਾਂ ਪਹਿਲਾਂ ਸਮਝਾਇਆ ਜਾਂਦਾ ਜੀ, ਇਹ ਹੀ ਉਮਰ ਆ ਬੱਚਿਆਂ ਨੂੰ ਸਮਝਾਉਣ ਦੀ। ਜੇ ਆਪਾਂ ਇਹਨਾਂ ਨੂੰ ਬੱਚਿਆਂ ਵਾਲੀ ਉਮਰ ਦੇ ਵਿੱਚ ਹੀ ਸਮਝਾਵਾਂਗੇ, ਸਾਡਾ ਮੇਨ ਮਕਸਦ ਇਹੀ ਆ ਸਕੂਲਾਂ ਵਿੱਚ ਕਿ ਬੱਚਿਆਂ ਨੂੰ ਜਿਹੜਾ ਇਹਨਾਂ ਸੇਫਟੀ ਜਿਹੜੀ ਆ ਇਹਦੇ ਬਾਰੇ ਜਾਗਰੂਕ ਕੀਤਾ ਜਾਵੇ। ਇਸੇ ਕਰਕੇ ਹੀ ਸਾਡੇ ਜਿਹੜੇ ਟ੍ਰੈਫਿਕ ਦੇ
ਰਾਸ਼ਟਰੀ ਸੁਰੱਖਿਆ ਦਿਵਸ ਜਿਹੜੇ ਲੱਗਦੇ ਆ, ਟ੍ਰੈਫਿਕ ਦੇ ਹਫ਼ਤੇ ਮਨਾਏ ਜਾਂਦੇ ਆ, ਇਹ ਬੱਚਿਆਂ ਨੂੰ ਅਵੇਅਰਨੈਸ ਕਰਨ ਵਾਸਤੇ ਹੀ ਮਨਾਏ ਜਾਂਦੇ ਜੀ। ਸਰ, ਹੋਰ ਵੀ ਸਕੂਲਾਂ ਦੇ ਵਿੱਚ ਇੱਦਾਂ ਦਾ ਪ੍ਰੋਗਰਾਮ ਕੀਤਾ ਜਾਊਗਾ ਜੀ? ਹਰ ਇੱਕ ਜਿੰਨੇ ਵੀ ਮੇਰੀ ਸਬ ਡਿਵੀਜ਼ਨ ਦੇ ਸਕੂਲ ਪੈਂਦੇ ਆ, ਨਕੋਦਰ ਸਬ ਡਿਵੀਜ਼ਨ ਦੇ ਵਿੱਚ, ਥਾਣਾ ਸਿਟੀ ਨਕੋਦਰ, ਥਾਣਾ ਸਦਰ ਨਕੋਦਰ, ਥਾਣਾ ਨੂਰਮਹਿਲ ਦੇ ਜਿੰਨੇ ਵੀ ਸਕੂਲ ਪੈਂਦੇ ਆ ਜਾਂ ਕਾਲਜ ਪੈਂਦੇ ਆ, ਸਾਰੇ ਹੀ ਬੱਚਿਆਂ ਨੂੰ, ਸਾਰੀਆਂ ਧੀਆਂ ਨੂੰ ਸਮਾਜਿਕ ਬੁਰਾਈਆਂ ਤੋਂ, ਟ੍ਰੈਫਿਕ ਨਿਯਮਾਂ ਤੋਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ, ਸ਼ਕਤੀ ਐਪ, 112 ਇੰਡੀਆ ਮੋਬਾਈਲ ਐਪ, ਹਰ ਇੱਕ ਐਪ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਤਾਂ ਕਿ ਸਾਡੇ ਬੱਚੇ ਜਿਹੜੇ ਆ ਹਰ ਇੱਕ ਜਿਹੜੀ ਆ ਸਹੂਲਤ ਤੋਂ ਜਾਣੂ ਹੋ ਜਾਣ ਅਤੇ ਆਪਣੀ ਰੱਖਿਆ ਆਪ ਵੀ ਕਰ ਸਕਣ। ਸਰ, ਨੌਜਵਾਨ ਯੰਗ ਪੀੜ੍ਹੀ ਜਿਹੜੀ ਆ ਅੱਜ ਕੱਲ੍ਹ ਨਸ਼ਿਆਂ ਦੀ ਗ੍ਰਿਫਤ 'ਚ ਬਹੁਤ ਜ਼ਿਆਦਾ ਆ ਰਹੀ ਆ, ਉਹਦੇ ਬਾਰੇ ਤੁਸੀਂ ਕੀ ਆ ਰਿਹਾ ਜੀ? ਨੌਜਵਾਨਾਂ ਨੂੰ ਸਾਡੇ ਅਵੇਅਰਨੈਸ ਸੈਮੀਨਾਰ ਇਸੇ ਕਰਕੇ ਲਗਾਏ ਜਾਂਦੇ ਆ ਕਿ ਨੌਜਵਾਨਾਂ ਨੂੰ ਇਹੀ ਉਮਰ ਆ, ਇਹਦੇ ਵਿੱਚ ਇਹਨਾਂ ਨੂੰ ਜਾਗਰਤ ਕੀਤਾ ਜਾਵੇ ਅਤੇ ਇਹਨਾਂ ਨੂੰ ਸੋਝੀ ਹੋਵੇ, ਇਸੇ ਉਮਰ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਭਾਵਨਾਵਾਂ ਨੂੰ ਖਿਆਲ ਰੱਖਣਗੇ ਅਤੇ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ, ਚੰਗੇ ਰਸਤੇ ਵੱਲ ਜਾਣਗੇ। ਜੋ ਸਰ ਸ਼ਕਤੀ ਐਪ ਤੁਸੀਂ ਲਾਂਚ ਕੀਤਾ, ਇਹ ਕੌਣ ਕੌਣ ਯੂਜ਼ ਕਰ ਸਕਦਾ? ਇਹ ਸ਼ਕਤੀ ਐਪ ਲੇਡੀਜ਼ ਵਾਸਤੇ ਬਣਾਇਆ ਜੀ, ਅਗਰ ਲੇਡੀਜ਼ ਨੂੰ ਕੋਈ ਪ੍ਰੋਬਲਮ ਆਉਂਦੀ ਆ ਅਤੇ ਸ਼ਕਤੀ ਐਪ 'ਤੇ ਕੋਈ ਵੀ ਲੇਡੀਜ਼ ਜਿਹੜੀ ਆ ਉਹਨੂੰ ਕੋਈ ਪ੍ਰੋਬਲਮ ਆਉਂਦੀ, ਕੋਈ ਉਹਨੂੰ ਛੇੜਖਾ ਨਹੀਂ ਕਰਦਾ ਜਾਂ ਕੋਈ ਹੋਰ ਕੋਈ ਉਹਨੂੰ ਟਾਂਚ ਕਰਦਾ ਜਾਂ ਰਸਤੇ ਗਾਏ ਬਗਾਏ ਉਹਨਾਂ ਨੂੰ ਤੰਗ ਕਰਦਾ, ਅਤੇ ਉਹ ਸ਼ਕਤੀ ਐਪ ਨੂੰ ਲੇਡੀਜ਼ ਯੂਜ ਕਰ ਸਕਦੀ ਆ। ਇਹ ਸ਼ਕਤੀ ਐਪ ਜਿਹੜਾ ਲੇਡੀਜ਼ ਵਾਸਤੇ ਹੀ ਬਣਾਇਆ ਗਿਆ ਜੀ, ਮਾਨਯੋਗ ਅਫਸਰਾਂ ਵੱਲੋਂ। 112 ਤੁਸੀਂ ਐਪ ਦੀ ਗੱਲ ਕਰ ਰਹੇ ਸੀ, ਉਹਦਾ ਕੀ ਹੈ ਜੀ? 112 ਇੰਡੀਆ ਮੋਬਾਈਲ ਐਪ ਜਿਹੜਾ ਆ ਜੀ, ਇਹ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜਿਹੜਾ ਇਹ ਲੜਕੀਆਂ ਵਾਸਤੇ, ਧੀਆਂ ਵਾਸਤੇ, ਭੈਣਾਂ ਵਾਸਤੇ ਐਪ ਬਣਾਇਆ ਗਿਆ। ਇਹ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ SSP ਸਾਹਿਬ ਸਰਦਾਰ ਨਵਜੋਤ ਸਿੰਘ ਮਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਇਹ ਧੀਆਂ ਨੂੰ, ਇਹ ਲੜਕੀਆਂ ਨੂੰ ਜਾਗਰਤ ਕਰਦੇ ਹਾਂ ਕਿ ਰਾਤ ਨੂੰ ਸਾਡੀ ਬੱਚੀਆਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਅਤੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਇਸ ਐਪ 'ਤੇ ਕੌਲ ਕਰ ਸਕਦੇ ਆ। ਇਹ 10-12 ਮਿੰਟ ਦੇ ਵਿੱਚ ਵਿੱਚ ਹੀ ਸਾਡੀ ਪੰਜਾਬ ਪੁਲਿਸ ਦੇ ਇੱਕ NGO ਰਿੰਕ ਅਤੇ ਨਾਲ ਲੇਡੀ ਕਾਂਸਟੇਬਲ ਮੌਕੇ 'ਤੇ ਪਹੁੰਚ ਕੇ ਉਸ ਲੜਕੀ ਨੂੰ ਉਸਦੇ ਘਰ ਤੱਕ ਛੱਡ ਕੇ ਆਏਗੀ, ਸੁਰੱਖਿਅਤ ਪਹੁੰਚਾਏਗੀ ਜੀ। ਧੰਨਵਾਦ ਜੀ ਤੁਹਾਨੂੰ। ਹਾਂਜੀ, ਇਸ ਸਾਰੀ ਪ੍ਰਸ਼ਾਸਨ ਜੋ ਕਿ ਬਹੁਤ ਟ੍ਰੈਫਿਕ ਬਾਰੇ ਦੱਸਿਆ ਉਹ ਦੱਸਿਆ, ਔਰ ਸਰ ਜਿਸ ਸਿਵਲ ਸਕੂਲ ਦੀ ਆਪਾਂ ਗੱਲ ਕਰੀਏ ਜਿੱਥੇ ਆਪਾਂ ਸੈਮੀਨਾਰ ਆਯੋਜਿਤ ਕੀਤਾ ਗਿਆ, ਤਾਂ ਮੈਂ ਦਰਖਾਸਤ ਕਰਾਂਗਾ ਪ੍ਰਿੰਸੀਪਲ ਜੀ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਅਤੇ ਕਿੱਦਾਂ ਲੱਗਿਆ ਜੀ ਤੁਹਾਡੇ ਸੈਮੀਨਾਰ ਜੋ ਸਕੂਲ 'ਚ ਕਰਵਾਇਆ ਗਿਆ, ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ? ਜਿਹੜਾ ਅੱਜ ਸੈਮੀਨਾਰ ਲਾਇਆ ਗਿਆ ਇਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜਾਗਰਤ ਆਏਗੀ, ਜੋ ਵੀ ਇਹਨਾਂ ਨੇ ਵਡਮੁੱਲੇ ਆਪਣੇ ਵਿਚਾਰ ਰੱਖੇ ਆ ਉਹਨਾਂ ਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਜੀ। ਪੁਲਿਸ ਦਾ ਬਹੁਤ ਸ਼ਲਾਘਾਯੋਗ ਜੇ ਉਪਰਾਲਾ ਹੈ ਜਿਹੜਾ, ਜੇ ਸਕੂਲਾਂ 'ਚ ਜਾ ਕੇ ਕਰ ਰਿਹਾ, ਤਾਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਜੋ ਸਕੂਲਾਂ ਵਿੱਚ ਜਾ ਰਹੇ ਹੈਗੇ ਕਿ ਸਕੂਲਾਂ ਦੇ ਵਿੱਚ ਜੋ ਬੱਚਿਆਂ ਦਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੂੰ ਲਾਭ ਹੋਏਗਾ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਕੂਲ 'ਚ ਸੈਮੀਨਾਰ ਕਰਾਇਆ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਵਧੀਆ ਗੱਲਾਂ ਦੱਸੀਆਂ ਗਈਆਂ, ਬੱਚਿਆਂ ਨੂੰ ਅਵੇਅਰ ਕੀਤਾ ਗਿਆ ਆ ਕਿ ਜਿਹੜਾ ਬੱਚੇ ਆ ਇਹਨਾਂ ਬੁਰਾਈਆਂ ਤੋਂ ਦੂਰ ਹੋਣਗੇ, ਹੁਣ ਤੋਂ ਹੀ ਸਮਝਣਗੇ ਜੀ। ਠੀਕ ਹੈ। ਜਿਸ ਤਰ੍ਹਾਂ ਪੁਲਿਸ ਨੇ ਕਾਫੀ ਟ੍ਰੈਫਿਕ ਬਾਰੇ ਦੱਸਿਆ, ਕੁੜੀਆਂ ਬਾਰੇ ਦੱਸਿਆ, ਤੁਸੀਂ ਕੁੜੀਆਂ ਬਾਰੇ ਕੀ ਚਾਹੁੰਦੇ ਹੋ ਕਿ ਉਹਨਾਂ ਦੀ ਸੇਫਟੀ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਹਾਂਜੀ, ਕਿ ਅਸੀਂ ਬੱਚਿਆਂ ਨੂੰ ਦੱਸਦੇ ਕਿ ਆਪਣੀ ਸੇਫਟੀ ਆਪ ਕਰੋ, ਪਰ ਇਹ ਬਹੁਤ ਵਧੀਆ ਹੈਗਾ ਆ ਉਪਰਾਲਾ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਕਿ ਕਿਸੇ ਟਾਈਮ 'ਤੇ ਜਿਹੜੀ ਐਪ ਕੀਤੀ ਗਈ ਆ ਕਿ ਕਈ ਵਾਰੀ ਬੱਚਾ ਆਪਣੇ ਘਰ ਫੋਨ ਨਹੀਂ ਕਰ ਸਕਦਾ ਜਾਂ ਘਰ ਦੇ ਪੇਰੈਂਟਸ ਇੱਕਦਮ ਉਸ ਜਗ੍ਹਾ 'ਤੇ ਨਹੀਂ ਪਹੁੰਚ ਸਕਦੇ, ਕਿ ਇਸ ਐਪ ਰਾਹੀਂ ਜਿਹੜਾ ਉਹ ਜਲਦੀ ਐਕਸ਼ਨ ਹੋ ਸਕਦਾ ਜੀ। ਧੰਨਵਾਦ ਜੀ। ਕੈਮਰਾ ਪਰਸਨ ਦਵਿੰਦਰ ਸੈਮ ਦੇ ਨਾਲ ਨਕੋਦਰ ਨਿਊਜ਼ ਰਿਪੋਰਟ, ਮੈਂ ਪਰਮ ਪਵਾਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਕੀ ਕਰਦੇ ਨੇ? ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਰਿਫਲੈਕਟਰ ਲਗਾ ਕੇ ਕੀਤੀ ਸੀਗੀ, ਆਸਨਪੁਰ ਤੋਂ ਸ਼ੁਰੂਆਤ ਕੀਤੀ ਸੀ। ਅੱਜ ਸਾਡਾ ਚੌਥਾ ਪੰਜਵਾਂ ਦਿਨ ਹੈ, ਪੰਜਵਾਂ ਦਿਨ ਸਾਡਾ ਅੱਜ। ਉਹਦੇ ਵਿੱਚ ਅਸੀਂ ਮੈਡੀਕਲ ਕਰਵਾ ਰਹੇ ਹਾਂ, ਜਿਹੜੇ ਡਰਾਈਵਰ ਸਾਹਿਬਾਨ ਨੇ ਉਹਨਾਂ ਦੀਆਂ ਅੱਖਾਂ ਦਾ ਚੈੱਕਅਪ, ਨਾਲ ਦੀ ਨਾਲ ਉਹਨਾਂ ਦਾ ਮੈਡੀਕਲ। ਇਸ ਕਰਕੇ ਆਪਣਾ ਵੀ ਫਰਜ਼ ਬਣਦਾ ਜੇ ਆਪਾਂ ਐਕਟਿਵਾ ਚਲਾਉਂਦੇ ਹਾਂ, ਮੋਟਰਸਾਈਕਲ ਚਲਾਉਂਦੇ ਹਾਂ, ਗਾਹੇ ਵਗਾਹੇ 2-3 ਮਹੀਨੇ ਬਾਅਦ ਆਪਾਂ ਆਪਣੀ ਅੱਖਾਂ ਦਾ ਚੈੱਕਅਪ ਕਰਾਉਂਦੇ ਰਹੀਏ ਕਿਤੇ ਵੀ, ਕਿਉਂਕਿ ਆਪਣੇ ਅੱਜ ਕੱਲ੍ਹ ਧੂੜ ਘੱਟਾ ਬਹੁਤ ਚੱਲ ਰਿਹਾ ਜਾਂ ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਆਪਾਂ ਇਸ ਚੀਜ਼ 'ਤੇ ਧਿਆਨ ਨਹੀਂ ਦਿੰਦੇ ਕਦੇ, ਆਪਾਂ ਜ਼ੋਰ ਲਾ ਲਾ ਕੇ ਪੜ੍ਹਦੇ ਹਾਂ, ਪਰ ਆਪਾਂ ਆਪਣੀ ਅੱਖਾਂ 'ਤੇ ਧਿਆਨ ਨਹੀਂ ਦਿੰਦੇ। ਜੇ ਆਪਾਂ ਧਿਆਨ ਦੇਵਾਂਗੇ ਆਪਾਂ ਮੋਟੇ ਨੰਬਰ ਲਗਾਉਣ ਤੋਂ ਬਚ ਜਾਵਾਂਗੇ। ਅੱਜ ਦੀ ਸ਼ੁਰੂਆਤ ਸੇਵਕ ਪਬਲਿਕ ਸਕੂਲ ਤੋਂ ਸ਼ੁਰੂਆਤ ਕਰ ਰਹੇ ਹਾਂ ਮੈਡੀਕਲ ਦੀ। ਉਹ ਡਾਕਟਰ ਸਾਹਿਬਾਨ ਚੈੱਕ ਕਰਨਗੇ, ਡਾਕਟਰ ਅਤੇ ਡਰਾਈਵਰ ਸਾਹਿਬਾਨਾਂ ਨੂੰ, ਨਾਲ ਦੀ ਨਾਲ ਆਪਾਂ ਵੀ ਆਪਣਾ ਚੈੱਕਅਪ ਕਰਾਵਾਂਗੇ। ਇਹ ਲੋੜ ਇਸ ਕਰਕੇ ਪਈ ਆ ਕਿ ਸ਼ੁਰੂਆਤ ਤੁਹਾਡੇ ਤੋਂ ਹੋਊਗੀ। ਜਿਹੜੇ ਤੁਸੀਂ ਹਾਲੇ ਉਹ ਪੌਦਾ ਛੋਟਾ ਹੈ, ਛੋਟਾ ਪੌਦਾ ਜਦੋਂ ਨੂੰ ਮਰਜ਼ੀ ਮੋੜ ਸਕਦੇ ਆ, ਜਦੋਂ ਵੱਡੇ ਟਾਂਡ ਬਣ ਜਾਂਦੇ ਨੇ ਫਿਰ ਉਹ ਮੋੜਨੇ ਔਖੇ ਹੋ ਜਾਂਦੇ, ਟੁੱਟਦੇ ਨਹੀਂ, ਉਹ ਮੁੜਦੇ ਨਹੀਂ ਹੈ। ਇਸ ਕਰਕੇ ਆਪਾਂ ਸ਼ੁਰੂਆਤ ਕਰੀਏ ਕਿ ਚੰਗੇ ਰਸਤੇ ਨੂੰ ਮੁੜੀਏ, ਚੰਗੇ ਦਰਖਤ ਬਣੀਏ, ਵਧੀਆ ਆਪਾਂ ਸ਼ਾਨ ਦੇਈਏ ਕਿਸੇ ਨੂੰ। ਇਹ ਨਾ ਹੋਵੇ ਕਿ ਸਾਡੀ ਇਕੱਲੀ ਫੋਟੋ ਟੰਗੀ ਹੋਵੇ ਅਤੇ ਮਾਂ ਬਾਪ ਸਾਨੂੰ ਦੇਖ ਕੇ ਰੋਂਦੇ ਹੋਣ, ਉਹ ਸਾਨੂੰ ਪਰਵਰਿਸ਼ ਕਰਦੇ ਨੇ, ਸਾਨੂੰ ਐਂਡ 'ਤੇ ਜਾ ਕੇ ਸਾਡਾ ਸਹਾਰਾ ਬਣਨ। ਇਹ ਨਾ ਹੋਵੇ ਕਿ ਅਸੀਂ ਉਹਨਾਂ ਦਾ ਸਹਾਰਾ ਆਪਣੇ ਆਪ ਹੀ ਖੁੰਝੀਏ, ਉੱਥੋਂ ਜ਼ਿੰਦਗੀ ਤੋਂ ਹੱਥ ਧੋ ਬੈਠੀਏ। ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਇਹੀ ਹੈ, ਤੁਹਾਨੂੰ ਮਾਂ ਬਾਪ ਕੋਈ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਆ ਉਹ ਕਿਸੇ ਨਾਲੋਂ ਘੱਟ ਹੋਵੇ। ਉਹ ਆਪਣੀਆਂ ਖੁਆਇਸ਼ਾਂ ਮਾਰ ਕੇ ਵੀ ਤੁਹਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦੇ ਨੇ। ਆਪਣੇ ਆਪ ਨੂੰ ਕਈ ਵਾਰੀ ਦੇਖਿਆ ਤੁਸੀਂ ਥੱਲੇ ਉਹਨੇ ਚੱਪਲ ਪਾਈ ਹੁੰਦੀ ਹੈ, ਤੁਹਾਨੂੰ ਬੋਰਡ ਲੱਗ ਦੇਣਗੇ ਉਹ, ਆਪ ਉਹ ਸਾਈਕਲ 'ਤੇ ਜਾਣਗੇ ਜਾਂ ਬੱਸੇ ਜਾਣਗੇ ਜਾਂ ਕਿਸੇ ਨੂੰ ਹੱਥ ਦੇ ਕੇ ਜਾਂਦੇ ਹੋਣਗੇ, ਉਹ 10-10 ਰੁਪਏ 20-20 ਰੁਪਏ ਜਾਂ 100-100 ਰੁਪਏ ਬਚਾ ਕੇ ਕਿਰਾਏ ਦਾ ਤੁਹਾਡੇ ਵਾਸਤੇ ਬਾਈਕ ਲੈਣ ਵਾਸਤੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਹੁੰਦੇ, ਕਦੋਂ ਮੇਰਾ ਬੇਟਾ ਵੱਡਾ ਹੋਵੇ ਉਹਨਾਂ ਮੋਟਰਸਾਈਕਲ ਲੈ ਕੇ ਦੇਵਾਂ। ਔਰ ਆਪਾਂ ਮੋਟਰਸਾਈਕਲ ਲੈ ਕੇ ਫਿਰ ਕੀ ਕਰਦੇ ਹਾਂ, ਤੇਜ਼ ਰਫਤਾਰੀ ਮੌਤ ਦੀ ਤਿਆਰੀ ਆਪਾਂ ਖੁਦ ਕਰਦੇ ਹਾਂ, ਸਾਡੇ ਮਾਂ ਬਾਪ ਨਹੀਂ ਕਰਦੇ। ਇਸ ਕਰਕੇ ਸਾਨੂੰ ਜਿੰਨਾ ਵੀ ਆਪਣੀ ਸਪੀਡ ਲਿਮਿਟ ਆ ਜਿੱਥੇ ਆਪਾਂ ਕੰਟਰੋਲ ਕਰ ਸਕੀਏ ਉਸ ਤੋਂ ਜ਼ਿਆਦਾ ਤੇਜ਼ ਨਹੀਂ ਚਲਾਉਣਾ ਚਾਹੀਦਾ। ਆਪਾਂ ਆਪਣੇ ਮਾਂ ਬਾਪ ਦੇ ਚੰਗੇ ਬੱਚੇ ਬਣ ਕੇ ਦਿਖਾਈਏ, ਸਕੂਲ ਦੇ ਚੰਗੇ ਵਿਦਿਆਰਥੀ ਬਣ ਕੇ ਦਿਖਾਈਏ, ਦੇਸ਼ ਦੇ ਵਧੀਆ ਨਾਗਰਿਕ ਬਣ ਕੇ ਦਿਖਾਈਏ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜ਼ਰੂਰੀ ਇਹ ਹਦਾਇਤਾਂ ਨੇ, ਤੇਜ਼ ਨਾ ਚਲਾਓ, ਤੇਜ਼ ਨਾ ਚਲਾਓ। ਤੇਜ਼ ਰਫਤਾਰੀ ਇੱਕ ਨੰਬਰ ਐਕਸੀਡੈਂਟ ਦਾ ਕਾਰਨ ਹੈ, ਦੂਸਰੇ ਨੰਬਰ 'ਤੇ ਆ ਗਿਆ ਟੈਲੀਫੋਨ। ਟੈਲੀਫੋਨ ਤਕਰੀਬਨ ਹਰ ਇੱਕ ਬੰਦੇ ਕੋਲ ਇੱਕ ਇੱਕ ਤਾਂ ਹੈ ਹੀ ਹੈ, ਕਈਆਂ ਕੋਲ 2-2, 3-3 ਫੜੇ ਹੁੰਦੇ ਨੇ, ਨਾਲ ਬੈਟਰੀ ਫੜੀ ਹੁੰਦੀ ਹੈ ਨਾਲ। ਇਹਦਾ ਕੋਈ ਟਾਈਮ ਸੀਗਾ, ਇਹਦੀ ਬੈਟਰੀ 3 ਘੰਟੇ ਬਾਅਦ 4 ਘੰਟੇ ਬਾਅਦ ਡੈਡ ਹੋ ਜਾਂਦੀ ਹੈ, ਆਪਾਂ ਇਹਨੂੰ ਕੋਈ ਛੁਟਕਾਰਾ ਪਾ ਸਕਦੇ ਹਾਂ, ਪਰ ਅਸੀਂ ਪਾਵਰ ਬੈਂਕ ਲੈ ਕੇ ਲਗਾਤਾਰ ਹੀ ਚਲਾਈ ਜਾ ਰਹੇ ਹਾਂ ਔਰ ਅਸੀਂ ਡਿਪਰੈਸ਼ਨ ਦੀ ਤਰਫ ਜਾ ਰਹੇ ਹਾਂ। ਸਭ ਤੋਂ ਜ਼ਿਆਦਾ ਸਾਨੂੰ ਡਿਪਰੈਸ਼ਨ ਮੋਬਾਈਲ ਨੇ ਦਿੱਤਾ ਹੋਇਆ, ਮੁੱਖ ਦੀਆਂ ਸਾਡੇ 'ਤੇ ਟੈਨਸ਼ਨਾਂ ਪਾ ਦਿੱਤੀਆਂ ਇਸ ਫੋਨ ਨੇ। ਅਸੀਂ ਆਪਣੇ ਭਰਾ ਨਾਲ ਕੋਈ ਗੱਲ ਨਹੀਂ ਕਰ ਸਕਦੇ, ਮਾਂ ਬਾਪ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ, ਕੋਈ ਟੀਚਰ ਨਾਲ ਗੱਲ ਸ਼ੇਅਰ ਨਹੀਂ ਕਰ ਸਕਦੇ, ਇੱਥੋਂ ਤੱਕ ਕਿ ਅਸੀਂ ਗੇਮ ਖੇਡਣਾ ਵੀ ਛੱਡ ਦਿੱਤਾ। ਜਦੋਂ ਦਾ ਫੋਨ ਆ ਗਿਆ ਇਹਦੇ ਵਿੱਚ ਵੀ ਗੇਮਾਂ ਚੱਲ ਰਹੀਆਂ ਨੇ, ਕੋਈ ਪਬਜੀ ਲਾ ਕੇ ਬੈਠਾ ਪਏ ਆ, 4 ਫਰੈਂਡ ਇਕੱਠੇ ਹੋਣਗੇ, 4 ਦਿਨ ਵੱਖਰੇ ਵੱਖਰੇ ਸਾਈਡ ਨੂੰ ਹੋਣਗੇ, ਇੱਕ ਦੂਸਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਨਗੇ, ਉਹ ਟੈਲੀਫੋਨ 'ਤੇ ਬੈਠੇ ਹੋਏ ਵੀ ਉਹ ਇੱਕ ਦੂਸਰੇ ਦੂਰ ਨੇ, ਬਿਲਕੁਲ ਨਜ਼ਦੀਕ ਹੁੰਦਿਆਂ ਹੋਇਆ ਵੀ ਉਹ ਦੂਰ ਨੇ, ਕਿਉਂਕਿ ਉਹਨਾਂ ਦੇ ਮੂੰਹ ਹੀ ਸਾਈਡ ਨੂੰ ਕੀਤੇ ਹੋਏ ਆ, ਚੌਤਰਫਾ ਉਹਨੇ ਮੂੰਹ ਕੀਤੇ ਹੋਏ। ਟੈਲੀਫੋਨ ਜਦੋਂ ਆ ਜਾਂਦਾ, ਜਿਵੇਂ ਪੱਗ ਬੰਨੀ ਹੋਈ ਆ ਮੈਂ ਪੱਗ ਵਿੱਚ ਲਾ ਲੂੰਗਾ, ਪੱਗ ਨਹੀਂ ਬੰਨੀ ਹੋਈ ਹੈਲਮਟ ਪਾਇਆ ਹੋਇਆ ਮੈਂ ਹੈਲਮਟ ਲਾ ਲੂੰਗਾ, ਹੈਲਮਟ ਨਹੀਂ ਪਾਇਆ ਪੱਗ ਨਹੀਂ ਬੰਨੀ ਹੋਈ ਫਿਰ ਮੈਂ ਮੋਢੇ ਨਾਲ ਲਾ ਲੂੰਗਾ, ਪਰ ਆਪਣਾ ਬਾਈਕ ਚਲਾਉਣਾ ਨਹੀਂ ਛੱਡੂੰਗਾ, ਨਾ ਟੈਲੀਫੋਨ ਛੱਡੂੰਗਾ ਸੁਣਨਾ। ਗੱਡੀ ਚਲਾ ਰਿਹਾ ਉਹ 'ਚ ਵਾਈਫਾਈ ਲੱਗੇ ਹੋਏ ਨੇ, ਉਹ ਗੱਡੀ ਦੀ ਲਗਾਤਾਰ
ਸਾਨੂੰ ਜਿਹੜੀ ਸਪੀਡ ਲਿਮਿਟ ਵੀ ਪਤਾ ਲੱਗਦਾ ਕਿੰਨੇ 'ਤੇ ਜਾ ਰਹੇ ਹਾਂ ਅਸੀਂ, ਪਰ ਫੋਨ 'ਤੇ ਲੱਗੇ ਹੋਏ ਹਾਂ। ਇਹ ਵੀ ਜ਼ਿਆਦਾ ਐਕਸੀਡੈਂਟ ਦਾ ਕਾਰਨ ਟੈਲੀਫੋਨ ਹੈ। ਤੀਸਰਾ ਕਾਰਨ ਕੀ ਹੈ? ਓਵਰਲੋਡਿੰਗ ਹੈ। ਓਵਰਲੋਡਿੰਗ ਤੋਂ ਭਾਵ ਕੀ ਹੈ? ਟੈਕਟਰ ਟਰਾਲੀਆਂ ਟਰੱਕ ਜਿਹੜੇ ਆ ਉਹ ਤੋਂ ਭਾਰ ਢੋਣੀਆਂ ਗੱਡੀਆਂ ਓਵਰਲੋਡ ਹੋ ਸਕਦੀਆਂ ਨੇ, ਪਰ ਆਪਾਂ ਇਨਸਾਨ ਵੀ ਓਵਰਲੋਡ ਬੈਠਦੇ ਹਾਂ। ਕਿਵੇਂ ਐਕਟਿਵਾ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਸਮਾਂ ਬੜਾ ਕੀਮਤੀ ਆ, ਰਹੀ ਵਾਸਤੇ ਕੱਤ, ਸਮੇਂ ਮੇਰੀ ਇੱਕ ਨਾ ਮੰਨੀ, ਫੜ ਫੜ ਰਹੀ ਧਰੀ, ਸਮੇਂ ਖਸਕਾਈ ਕੰਨੀ। ਸੱਚਮੁੱਚ ਹੀ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਸੱਚਮੁੱਚ ਹੀ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਜਿਹੜੇ ਇਨਸਾਨ ਜਾਣਦੇ ਹੁੰਦੇ ਹਨ ਔਰ ਦੁਨੀਆ ਆਪਣੇ ਕਦਮਾਂ ਦੇ ਵਾਲੇ ਹਨ, ਸਮੇਂ ਦੀ ਕਦਰ ਨਾ ਕਰਨ ਵਾਲੇ, ਇੱਜ਼ਤ ਮਾਰਨ ਵਾਲੇ, ਦੁਨੀਆ ਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ। ਤਾਂ ਬੱਚਿਓ, ਸਭ ਤੋਂ ਪਹਿਲਾਂ ਸਮੇਂ ਦੀ ਕਦਰ ਜਿਹੜੀ ਬਹੁਤ ਜ਼ਰੂਰੀ ਆ। ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ, ਅਨੁਸ਼ਾਸਨ ਵਿੱਚ ਰਹਿਣਾ ਪਸੰਦ ਨਹੀਂ ਕਰਦੀ। ਮੇਰੇ ਤੋਂ ਪਹਿਲਾਂ ਮੇਰੇ ਸਰਕਾਰ ਜੋ ਵੀ ਸਤਨਾਮ ਸਿੰਘ ਜੀ ਨੇ ਰਾਸ਼ਟਰੀ ਸੜਕ ਸੁਰੱਖਿਆ ਹਫਤਾ, ਕੱਚੇ ਵਾਲ ਸੜਕ ਸੁਰੱਖਿਆ ਹਫਤਾ ਜਿਹੜਾ ਆਪਾਂ ਮਨਾ ਰਹੇ ਹਾਂ, ਉਹਦੇ ਅੱਜ ਪੰਜਵੇਂ ਦਿਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਬੜਾ ਹੀ ਉਤਮ ਜੀ ਦਾ, ਸਰਦਾਰ ਸਤਨਾਮ ਸਿੰਘ ਦਾ, ਸਰਦਾਰ ਗੁਰਮੀਤ ਸਿੰਘ ਦਾ, ਜਿਹੜੇ ਇਹ ਹਰ ਇੱਕ ਸਕੂਲ ਦੇ ਵਿੱਚ ਜਾ ਕੇ ਹਰ ਇੱਕ ਥਾਣੇ ਦੇ ਨਾਲ ਅਟੈਚਮੈਂਟ ਹੋ ਕੇ, ਸਾਂਝ ਦਿਨਾਂ ਦੇ ਨਾਲ ਅਟੈਚਮੈਂਟ ਹੋ ਕੇ ਅਸੀਂ ਇਕੱਠੇ ਗਏ ਹਾਂ, ਆਪਣੀਆਂ ਧੀਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਵੀਰਾਂ ਨੂੰ ਜਾਗਰੂਕ ਕਰਦੇ ਹਾਂ। ਇਹ ਸਾਡੇ ਮਾਣਯੋਗ SSP ਸਾਹਿਬ